सुख वाली जल थाले नीर भरे
Bring
ਹਰ ਰੁੱਤ ਨੂੰ ਦੋ ਮਹੀਨੇ ਦਿੰਦੇ ਹਾਂ ਉਹ
ਮੰਗਦੀਆਂ ਪੁੱਤਰਾਂ ਨੇ ਭਾਵ ਸਰਦੀ ਸਾਵਣ ਭਾਦੋਂ ਦੇ ਦਿਨ ਨੇ ਦੋ ਮਹੀਨੇ ਬਾਦਸ਼ਾਹ ਦੇ ਅਸੂ ਕਦੇ ਕਿਸੇ ਦੇ ਨਾਲ ਨਹੀਂ ਜੁੜੇਗਾ ਹਾੜ ਕਦੇ ਹਾੜ ਕਿਉਂਕਿ ਗਰਮੀ ਤਾਂ ਮੈਨੂੰ ਜੇਠ ਨਾਲ ਜੋੜ ਦਿੱਤਾ ਜੇਠ ਹਾੜ ਦੇ ਦਿਨ ਨੇ ਭਾਵ ਗਰਮੀ ਕਿਉਂਕਿ ਛੇ ਰੁੱਤਾਂ ਨੇ ਤੇ ਬਾਰਾਂ ਮਹੀਨੇ ਨੇ ਇਸ ਲਈ ਦੋ ਦੋ ਮਹੀਨੇ ਇੱਕ ਇੱਕ ਰੁੱਤ ਨਾਲ ਜੋੜਦੇ ਨੇ ਉਹਦੇ ਹਿੱਸੇ ਆਉਂਦੇ ਨੇ ਇਸੇ ਲਈ ਸਾਡੀ ਬੋਲੀ ਵਿੱਚ ਵੀ ਹਰ ਰੁੱਤ ਦੇ ਨਾਲ ਦੋ ਮਹੀਨੇ ਜੋੜੇ ਜਾਂਦੇ ਸਾਵਣ ਭਾਦੋਂ ਬਾਰਿਸ਼ਾਂ ਦੇ ਦਿਨ ਹੁੰਦਾ ਕੀ ਹੈ ਜਦੋਂ ਸਾਵਣ ਭਾਦੋਂ ਆਉਂਦਾ ਉਦੋਂ ਜਿਹੜੇ ਸੁੱਕੇ ਹੋਏ ਦਰਖਤ ਨੇ ਉਹਨਾਂ ਨੂੰ ਹਰਿਆਵਲ ਮਿਲਦੀ ਹੈ ਬਾਰਿਸ਼ਾਂ ਪੈਂਦੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਅੱਗ ਦਿੱਤਾ ਸਾਵਣ ਵਨ ਹਰਿਆਵਲ ਗੁਰਬਾਣ ਵਿੱਚ ਵੀ ਆ ਗਿਆ ਸਾਵਣ ਸਰਸ ਮਨ ਘਨ ਵਰਸੇ ਰੁੱਤ ਆਏ ਹੁਣ ਇਹ ਜੀਵਨ ਨਾਲ ਕਿਵੇਂ ਜੋੜਿਆ ਦੇਖਣਾ ਗੁਰਬਾਣੀ ਅੰਦਰ ਮਨੁੱਖ ਦੇ ਜੀਵਨ ਦੇ ਹਰ ਪਹਿਲੂ ਨੂੰ ਵਿਚਾਰਿਆ ਗਿਆ ਇਸੇ ਲਈ ਮੈਂ ਕਈ ਵਾਰ ਕਹਿੰਦਾ ਆ ਝੂਠੀਆਂ ਕਹਾਣੀਆਂ ਕਿਆਫੇ ਦੀਆਂ ਬਣਾਈਆਂ ਹੋਈਆਂ ਕਹਾਣੀਆਂ ਤੇ ਬਣੀਆਂ ਹੋਈਆਂ ਫਿਲਮਾਂ ਅਸੀਂ ਦੇਖਦੇ ਹਾਂ ਪਰ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਫਿਲਮ ਵਾਂਗੂ ਦੇਖੀਏ ਨਾ ਇਹ ਮਾਨੋ ਜੀਵਨ ਦੀ ਅਸਲ ਕਹਾਣੀ ਹੈ ਜਿਹੜੀ ਸਾਨੂੰ ਦਿਖਾਈ ਜਾਂਦੀ ਤੇ ਇਹ ਨਹੀਂ ਮੇਰੇ ਕਿਆਫਿਆਂ ਨਾਲ ਉਹ ਕਹਾਣੀ ਤੁਸੀਂ ਦੇਖ ਸਕਦੇ ਹੋ ਬਾਕੀ ਖਿਡਾਰੇ ਵਿੱਚ ਨਾ ਪਵਾਂ ਵਰਸ਼ਾ ਦੀ ਰੁੱਤ ਬਾਰਿਸ਼ ਦੀ ਰੁੱਤ ਐਸ਼ ਪਸਤ ਲੋਕਾਂ ਲਈ ਜਿਨ੍ਹਾਂ ਕੋਲ ਬਹੁਤ ਸਾਰੀ ਦੌਲਤ ਹੈ ਸੁੱਖ ਦੇ ਸਮਾਨ ਨੇ ਉਹਨਾਂ ਲਈ ਨਿਸ਼ਚਿਤ ਬਣਨੀ ਚਾਹੀਦੀ ਕਿਉਂਕਿ ਕਿਰਤ ਕਰਨ ਵਾਲਾ ਸਾਰਾ ਸਾਰਾ ਦਿਨ ਬਾਰਿਸ਼ ਵੀ ਹਫ਼ਤਾ ਹਫ਼ਤਾ ਬਾਰਿਸ਼ ਪੈ ਰਹੀ ਦੁਕਾਨਾਂ 'ਤੇ ਗਾਹਕ ਵੀ ਨਹੀਂ ਘੱਟ ਜਾਂਦਾ ਜਿਹੜੇ ਕਿਰਤ ਕਰਨ ਵਾਲੇ ਮਜ਼ਦੂਰ ਨੇ ਇੱਥੇ ਤਾਂ ਫਿਰ ਮਜ਼ਦੂਰੀ ਤੁਹਾਨੂੰ ਵੱਡੇ ਵੱਡੇ ਹਾਲਾਂ ਵਿੱਚ ਫੈਕਟਰੀਆਂ ਵਿੱਚ ਮਿਲਦੀ ਜਿਸ ਧਰਤੀ 'ਤੇ ਅਸੀਂ ਆਏ ਹਾਂ ਉੱਥੇ ਸੜਕਾਂ 'ਤੇ ਵਿਚਾਰੇ ਮਜ਼ਦੂਰ ਮਜ਼ਦੂਰੀ ਕਰਦੇ ਨੇ ਬਾਰਿਸ਼ ਪੈ ਰਹੀ ਹੈ ਲਗਾਤਾਰ ਪੈ ਰਹੀ ਹੈ ਘਰੋਂ ਨਿਕਲ ਨਹੀਂ ਸਕਦੇ ਹਾਂ ਜਿਨ੍ਹਾਂ ਕੋਲ ਦੌਲਤ ਆ ਉਹ ਕਹਿੰਦੇ ਨੇ ਵੀ ਕੰਮ 'ਤੇ ਚੱਲਣਾ ਨਹੀਂ ਇਹਨਾਂ ਦੇ ਮੈਂ ਅੰਦਰ ਕੰਮ ਚੱਲਣਾ ਨਹੀਂ ਮਜ਼ਦੂਰਾਂ ਨੇ ਲੇਬਰ ਨੇ ਆਉਣਾ ਨਹੀਂ ਚਲੋ ਇਹ ਦਿਨ ਐਸ਼ ਦੇ ਨਾਲ ਇਹ ਦਿਨ ਉਹਨਾਂ ਦੀ ਐਸ਼ ਦੇ ਹੁੰਦੇ ਨੇ ਕਿਉਂਕਿ ਉਹਨਾਂ ਕੋਲ ਸੁੱਖਾਂ ਦੇ ਸਮਾਨ ਨੇ ਪੈਸੇ ਕਮਾਉਣ ਗੁਰੂ ਨੇ ਵੀ ਬਾਣੀ ਅੰਦਰ ਜਦੋਂ ਇਸ ਬਾਦਸ਼ਾਹ ਦੇ ਦਿਨ ਦਾ ਜ਼ਿਕਰ ਕੀਤਾ ਨਾ ਉਦੋਂ ਬਕਾਇਦਾ ਚਾਰ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਬਾਦਸ਼ਾਹ ਦੇ ਦਿਨਾਂ ਵਿੱਚ ਖੁਸ਼ੀ ਨਾਲ ਸੰਬੰਧ ਹੈ ਕਹਿਣ ਲੱਗੇ ਚਾਰ ਉਹ ਚੀਜ਼ਾਂ ਨੇ ਨਾਨਕ ਸਾਵਣ ਜੇ ਵਸੇ ਚੋਂ ਉਮਾਹਾ ਹੋਏ ਉਮਾਹ ਕਹਿੰਦੇ ਨੇ ਖੁਸ਼ੀ ਪਸੰਦ ਹੁੰਦੇ ਨੇ ਚਲੋ ਵੇਲੇ ਦਿਨ ਮਿਲ ਗਏ ਨਾਨਕ ਸਾਵਣ ਜੇ ਵਸੇ ਚੋਂ ਉਮਾਹਾ ਹੋਏ ਹੁਣ ਅਗਲੇ ਪਾਸੇ
ਉਹਨਾਂ ਚੌਂ ਦਾ ਨਾਂ ਲੈਂਦੇ ਨੇ। ਹੁਸ਼ਿਆਰ ਕੌਣ ਨੇ? ਕਹਿਣ ਲੱਗੇ ਗਾਈ ਪੁੱਤਾਂ ਚੌਂ ਮਾਹ। ਚਾਰ ਚੀਜ਼ਾਂ ਬਿਲਕੁਲ ਵੱਖ ਵੱਖ ਕਰ ਦਿੱਤੀਆਂ। ਚਾਰ ਉਹ ਜਿਹਨਾਂ ਜਿਹੜੇ ਦੁਖੀ ਹੁੰਦੇ ਨੇ, ਜਿਹਨਾਂ ਲਈ ਦੁੱਖ ਹੈ। ਨਾਨਕ ਸਮਨ ਜੇ ਵਸੇ ਚੌਂ ਵਿਛੋੜਾ ਹੋਏ। ਗਾਈ ਪੁੱਤਾਂ ਨਿਰਤਨਾ ਬਾਹਰ ਘਾਹ ਪੈਦਾ ਹੋ ਗਿਆ, ਗਊਆਂ ਨੂੰ ਛੇੜ ਲਿਆ, ਬੱਚੇ ਵਿਚਾਰੇ ਸਾਰਾ ਦਿਨ ਨਿਲਕਦੇ ਮਾਂ ਨੂੰ ਤਰਸਦੇ ਨੇ, ਵਿਛੜ ਗਏ। ਨਿਰਤਨ ਜਿਹਨਾਂ ਕੋਲ ਰੋਜ਼ੀ ਤਾਜ਼ੀ ਕਮਾ ਕੇ ਖਾਣ ਦਾ ਚਾਂਸ ਸੀ ਰੋਜ਼, ਉਹਨਾਂ ਦੀ ਮਜ਼ਦੂਰੀ ਬੰਦ ਹੋ ਗਈ। ਪੰਥੀ ਮੁਸਾਫਰ ਸਾਰਾ ਦਿਨ ਬਾਰਿਸ਼ ਪੈਂਦੀ ਰਹੀ, ਪੈਦਲ ਤੁਰਨਾ ਸੀ, ਮੁਸਾਫਰੀ ਰੁਕ ਗਈ, ਹੁਣ ਤਾਂ ਸਾਧਨ ਬਦਲ ਗਏ। ਚਾਕਰ ਜਿਹੜੇ ਨੌਕਰ ਨੇ, ਘਰ ਦਾ ਮਾਲਕ ਅਮੀਰ ਹੈ, ਬਾਹਰ ਜਾ ਨਹੀਂ ਸਕਦਾ, ਬਾਰਿਸ਼ ਪੈ ਰਹੀ ਹੈ, ਗਲੀਆਂ ਵਿੱਚ ਚਿੱਕੜ ਹੈ, ਉਹਨੂੰ ਹੁਕਮ ਹੋਇਆ ਬਾਜ਼ਾਰੋਂ ਚੀਜ਼ ਖਰੀਦ ਲਿਆ। ਉਹ ਵਿਚਾਰਾ ਤਿਲਕਦਾ ਹੈ, ਡਰਦਾ ਹੈ, ਕਿਵੇਂ ਤੁਰਾਂਗਾ, ਪਰ ਮਾਲਕ ਦਾ ਹੁਕਮ। ਅਗਲੇ ਪਾਸੇ ਕਹਿਣ ਲੱਗੇ ਚਾਰ ਉਹ ਨੇ ਚੌਂ ਉਮਾਹਾ ਹੋ ਗਏ। ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧਨ ਹੋਏ। ਉੱਥੇ ਰੱਸੀਆਂ ਭਾਵ ਸੁੱਖਾਂ ਦੇ ਸਮਾਨ, ਐਸ਼ ਪ੍ਰਸਤ ਲੋਕ, ਰੱਸੀਏ ਲੋਕ, ਜਿਹਨਾਂ ਦੇ ਘਰ ਵਿੱਚ ਧਨ ਹੈ ਉਹਨਾਂ ਕਿਤੇ ਕਮਾਈ ਕਰਨ ਨਹੀਂ ਜਾਣਾ। ਇਹਦਾ ਵਿਸ਼ੇਸ਼ ਜ਼ਿਕਰ ਕਰ ਦਿੱਤਾ ਗੁਰੂ ਨੇ ਬਾਣੀ ਵਿੱਚ। ਕਹਿਣ ਲੱਗੇ ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧਨ ਹੋਏ। ਘਰ ਵਿੱਚ ਬੈਠੇ ਨੇ, ਪਰਿਵਾਰ ਵਿੱਚ ਅੱਗੇ ਸਾਰਾ ਸਾਰਾ ਦਿਨ ਆਪਣੇ ਫੈਕਟਰੀ ਵਿੱਚ ਕੰਮਾਂ 'ਤੇ ਸਨ, ਹੁਣ ਸਾਰਾ ਦਿਨ ਘਰ ਬੈਠੇ ਨੇ। ਇਸ ਪਾਸੇ ਬਲਕਿ ਗੁਰੂ ਨੇ ਜਦੋਂ ਪਰਿਵਾਰ ਮਾਲਕ ਦੇ ਮਿਲਾਪ ਦਾ ਜ਼ਿਕਰ ਕੀਤਾ ਨਾ, ਕਹਿਣ ਲੱਗੇ ਜਦੋਂ ਘਰ ਵਿੱਚ ਸਾਰਾ ਸੁੱਖ ਹੋਵੇ ਤਾਂ ਫਿਰ ਕਹਿੰਦੇ ਨੇ ਹੇ ਬਾਰਿਸ਼ ਤੂੰ ਹੁਣ ਪੈ, ਤਾਂ ਕਿ ਸਾਨੂੰ ਘਰ ਨਾ ਛੱਡਣਾ ਪਵੇ। ਹਰ ਪੱਖ ਨੂੰ ਛੋਇਆ ਗੁਰੂ ਨੇ ਇੱਕ ਥਾਂ 'ਤੇ ਬਾਣੀ ਵਿੱਚ ਇਹ ਲਫ਼ਜ਼ ਵਰਤੇ ਅਤੇ ਕਹਿਣ ਲੱਗੇ ਖੇਤ ਮੇਰਾ ਲਾ ਉੱਚੀਆਂ। ਜਿਹਨਾਂ ਦੇ ਖੇਤ ਦੀਆਂ ਮਿਆਦਾਂ ਬਣਨੇ ਉੱਚੇ ਨੇ ਉਹਨਾਂ ਨੂੰ ਪਾਣੀ ਭਰ ਜਾਣਾ, ਪਾਣੀ ਬਾਰਿਸ਼ ਨੂੰ ਮਿਲ ਜਾਣਾ, ਅਤੇ ਜਿਹਨਾਂ ਦੇ ਘਰ ਉੱਚੀ ਥਾਵਾਂ ਨੇ ਉਹ ਵੀ ਬੇਫਿਕਰ ਨੇ, ਕਿਉਂਕਿ ਪਾਣੀ ਉਹਨਾਂ ਦੇ ਘਰ ਤੱਕ ਚੜ੍ਹਨਾ ਨਹੀਂ, ਹੜ੍ਹ ਨਹੀਂ ਆਉਣਾ। ਖੇਤ ਮੇਰਾ ਲਾ ਉੱਚੀਆਂ, ਘਰ ਉੱਚਾ ਨਿਰਣੋ, ਮਹਿਲ ਭਗਤੀ ਘਰ ਸਰ। ਘਰ ਸਰ ਤਾਂ ਪੁੱਛਦਾ, ਸਭ ਕੁਛ ਘਰ ਵਿੱਚ ਹੈ। ਸੱਜਣ ਪਾਹੁਣਿਆ, ਹੁਣ ਮਿੱਤਰ ਸੱਜਣ ਪ੍ਰੀਤਮ ਪਿਆਰਾ ਘਰ ਵਿੱਚ ਹੈ। ਅਗਲੇ ਪਾਸੇ ਇੱਕ ਲਫ਼ਜ਼ ਆਏ, ਜਦੋਂ ਇਹ ਸਾਰਾ ਕੁਝ ਹੈ, ਸੁੱਖ ਵੀ ਘਰ ਵਿੱਚ ਨੇ, ਪ੍ਰੀਤਮ ਵੀ ਘਰ ਵਿੱਚ ਹੈ। ਬਰਸਣਾ ਤਾਂ ਬਰਸ ਕਹਿਣਾ, ਬਾਹੁਣ ਬਰਸੇ ਕਾਏ। ਹਰ ਪੱਖ ਛੋਏ, ਲੈ ਹੁਣ ਬਾਰਿਸ਼, ਲੈ ਹੁਣ ਬਦਲੋ, ਦਿਨ ਰਾਤ ਵਰਸ਼ਾ ਕਰੋ, ਇੱਕ ਝੜੀ ਲਾ ਦਿਓ, ਪ੍ਰੀਤਮ ਵੀ ਘਰੋਂ ਨਾ ਜਾਵੇ, ਘਰ ਵਿੱਚ ਸਾਰੇ ਸੁੱਖ ਨੇ। ਇੱਕ ਪੱਖ ਦੇ ਮੈਂ ਇਸ ਸ਼ਬਦ ਵੱਲ ਕਹਿਣਾ ਚਾਹੁੰਦਾ, ਗੁਰੂ ਕਹਿੰਦੇ ਨੇ ਜੀਵਨ ਇੱਕ ਉਹ ਵਰਸ਼ਾ ਦੀ ਰੁੱਤ ਹੈ, ਖਾਸ ਕਰਕੇ ਜਵਾਨੀ ਕਾਲੀ ਰਾਤ, ਕਿਉਂਕਿ ਕਾਲੀਆਂ ਘਟਾ ਛਾਂਦੀਆਂ ਨੇ ਜਦੋਂ ਮੋਹਰੇ ਧਨ ਬਾਰਿਸ਼ ਪੈਂਦੀ, ਕਾਲੀਆਂ ਘਟਾ ਛਾਂਦੀਆਂ। ਗੁਰੂ ਨੇ ਇੱਕ ਐਸੀ ਸੰਗਿਆ ਐਗਜ਼ਾਮਪਲ ਦਿੱਤੀ ਸੀ, ਕਹਿੰਦੇ ਨੇ ਜੀਵਨ ਜਿਹੜਾ ਬੜੀ ਗਨੀਮਤ ਨਾਲ ਮਿਲਿਆ ਸੀ ਉਹ
ਗਵਾ ਲਿਆ। ਇਹਦੇ ਵਿੱਚ ਸਾਰੇ ਸੁੱਖ ਵੀ ਮਿਲੇ ਸਨ, ਜੀਵਨ ਨੂੰ ਜਵਾਨੀ ਵੀ ਮਿਲੀ, ਸੁੱਖ ਵੀ ਮਿਲੇ। ਜਿੰਨੇ ਨਿਰੰਕਾਰ ਨੇ ਸੁੱਖ ਪੈਦਾ ਕੀਤੇ ਨੇ ਮਨੁੱਖ ਦੇ ਜੀਵਨ ਲਈ ਪੈਦਾ ਕੀਤੇ ਨੇ, ਇਸੇ ਲਈ ਇੱਕ ਲਫ਼ਜ਼ ਵਰਤ ਦਿੱਤੇ, ਕਹਿਣ ਲੱਗੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ ਅਵਲ ਜੂਨ ਤੇਰੀ ਪੜਹਾਈ, ਤੇਰੇ ਲਈ ਦਰਖਤਾਂ ਨਾਲ ਫਲ ਲਾ ਦਿੱਤੇ, ਤੇਰੇ ਲਈ ਪਾਣੀ ਦੇ ਦਰਿਆ ਵਗਾ ਦਿੱਤੇ, ਤੇਰੇ ਲਈ ਫਸਲਾਂ, ਤੇਰੇ ਲਈ ਨੌਕਰ ਚਾਕਰ ਅਗਨੀ, ਇਹ ਸਾਰੇ ਜਿਨ੍ਹਾਂ ਨੂੰ ਤੂੰ ਦੇਵਤੇ ਕਹਿ ਕੇ ਕੇਵਲ ਪੂਜਦਾ ਹੀ ਰਿਹਾ, ਇਹ ਸਾਰਾ ਕੁਝ ਤੇਰੇ ਲਈ ਨੌਕਰ ਬਣ ਕੇ ਬੈਠੇ ਸਨ, ਸਾਰੇ ਸੁੱਖ ਤੇਰੇ ਕੋਲ ਸਨ। ਪਰ ਹੋਇਆ ਕੀ, ਤੂੰ ਇਹ ਜਿਹੜੇ ਸੁੱਖਾਂ ਦੇ ਦਿਨ ਸਨ ਜਵਾਨੀ ਦੇ, ਜਵਾਨੀ ਵਿੱਚ ਹੀ ਮਾਨੇ ਜਾ ਸਕਦੇ ਨੇ। ਮੈਂ ਇੱਕ ਵਾਰ ਕੀਤੀ ਸੀ, ਬੁਢੇਪੇ ਵਿੱਚ ਅਜੇ ਕੁਝ ਆਇਆ ਨਹੀਂ ਮਿਲਿਆ ਨਹੀਂ, ਤੇ ਜਵਾਨੀ ਵਿੱਚ ਬੁਢੇਪੇ ਵਿੱਚ ਆਇਆ ਹੋਇਆ ਗੁਆ ਬੈਠਾ, ਬਚਪਨ ਵਿੱਚ ਅਜੇ ਮਿਲਿਆ ਨਹੀਂ। ਇੱਕ ਜਵਾਨੀ ਜਵਾਨੀ ਹੈ ਜਿਹਦੇ ਵਿੱਚ ਬਸ ਹੈ ਨਿਸ ਕਾਲੀ, ਉੱਥੇ ਕਾਲਕ ਦੀ ਨਿਸ਼ਾਨੀ ਕਾਲੀ ਜਵਾਨੀ। ਜਿੰਨੇ ਸੁੱਖ ਨੇ ਉਹ ਨਿਸ ਕਾਲੀ ਵਿੱਚ ਨੇ, ਕਾਲੀਆਂ ਘਟਾਂ ਵਿੱਚ ਨੇ। ਮਨੁੱਖ ਨੂੰ ਮਿਲ ਰਿਹਾ ਅਜੀਬ ਘਟਨਾ ਕਿ ਇਹਨੂੰ ਇਹ ਪਤਾ ਨਹੀਂ ਇਹ ਨਿਸਕਾਲੀ ਹਮੇਸ਼ਾ ਨਹੀਂ ਰਹਿੰਦੀ। ਜੀਵਨ ਨੇ ਕਦੀ ਹਮੇਸ਼ਾ ਜਵਾਨ ਨਹੀਂ ਰਹਿਣਾ, ਜੋਬਨ ਤੇਰੇ ਕੋਲ ਹਮੇਸ਼ਾ ਨਹੀਂ ਰਹਿਣਾ। ਮਨੁੱਖ ਜਿੰਨਾ ਕੁਰਾਏ ਪੈਂਦਾ ਹੈ, ਭਰਮਾਂ ਵਿੱਚ ਪੈਂਦਾ ਹੈ, ਗੁਨਾਹਾਂ ਵਿੱਚ ਪੈਂਦਾ, ਉਹ ਜੋਬਨ ਵਿੱਚ ਪੈਂਦਾ ਹੈ, ਜਵਾਨੀ ਵਿੱਚ ਪੈਂਦਾ। ਗੁਰੂ ਨੇ ਵੀ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਭਰ ਜੋਬਨ ਮੈਂ ਮੱਤ, ਮੈਂ ਮੱਤ ਦਾ ਅਰਥ ਹੈ ਹੰਕਾਰ ਭਰੀ ਬੁੱਧੀ, ਜਿੱਥੇ ਮੈਂ ਹੋ ਗਈ। ਭਰ ਜੋਬਨ ਮੈਂ ਮੱਤ, ਉਹਨੂੰ ਇਹ ਗੱਲ ਭੁੱਲ ਜਾਂਦੀ ਕਿ ਇਹ ਜਿਹੜੀ ਚੀਜ਼ ਮਿਲੀ ਹੈ ਹਮੇਸ਼ਾ ਨਹੀਂ ਰਹਿਣੀ। ਗੁਰੂ ਸਾਹਿਬ ਨੇ ਬਾਣੀ ਅੰਦਰ ਬੜੀਆਂ ਐਗਜ਼ਾਮਪਲ ਦਿੱਤੀਆਂ, ਕਹਿਣ ਲੱਗੇ ਦਿਨ ਸਚੜੇ ਫਿਰ ਆਥ ਵੈ, ਕੋਈ ਦਿਨ ਐਸਾ ਨਹੀਂ ਚੜ੍ਹਦਾ ਜਿੰਦੀ ਰਾਤ ਨਾ ਪਵੇ, ਸ਼ਾਮ ਨਾ ਪਵੇ। ਹਰ ਦਿਨ ਦੇ ਨਾਲ ਇੱਕ ਸ਼ਾਮ ਪਈ ਹੋਈ ਹੈ, ਪਰ ਦਿਨ ਚੜ੍ਹਨ ਤੇ ਸ਼ਾਮ ਪੈਣ ਦੇ ਦਰਮਿਆਨ ਵਿੱਚ ਦੁਪਹਿਰ ਹੈ, ਦਿਨ ਸਵੇਰੇ ਸ਼ਾਮ, ਸ਼ਾਮ ਸ਼ਾਮ ਦਾ ਟਾਈਮ ਹੈ ਜਿਹਦੇ ਦਿਨ ਛੁਪਦਾ, ਤੇ ਸ਼ਾਮ ਤੇ ਸਵੇਰ ਦੇ ਦਰਮਿਆਨ ਵਿੱਚ ਜਿਹੜਾ ਸਮਾਂ ਉਹ ਦੁਪਹਿਰ ਰੱਖਦੇ, ਦੁਪਹਿਰ ਡਿੱਗ ਗਏ, ਦੁਪਹਿਰ ਨਾਮ ਹੀ ਡਿੱਗਦਾ ਗਰਮੀ ਦਾ, ਪਰ ਸੜਦੇ ਵੀ ਹੋਵੇ ਫਿਰ ਵੀ ਦੁਪਹਿਰ ਨੂੰ ਨਿੱਘ ਹੁੰਦੀ। ਲੋਕ ਕਹਿੰਦੇ ਧੁੱਪੇ ਬੈਠੋ ਵੀ ਨਿੱਘੀ ਨਿੱਘ ਮਿਲ ਰਹੀ ਦੁਪਹਿਰ ਨੂੰ। ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ, ਦਿਨ ਸਚੜੇ ਸਵੇਰ ਹੁੰਦੀ ਹੈ, ਪਰ ਤੈਨੂੰ ਪਤਾ ਹੋਵੇ ਇਹ ਸਵੇਰ ਆਥਣ ਜ਼ਰੂਰ ਹੋਣੀ ਹੈ ਸ਼ਾਮ ਤੱਕ। ਆਥਣ ਦਾ ਮਤਲਬ ਪੰਜਾਬ ਦੀ ਬੋਲੀ, ਮਾਲਵੇ ਦੀ ਬੋਲੀ ਵਿੱਚ ਆਥਣ ਕਹਿੰਦੇ ਨੇ ਸ਼ਾਮ ਨੂੰ। ਦਿਨ ਚੜ੍ਹੇ ਫਿਰ ਆਥ ਵੈ, ਫਿਰ ਸ਼ਾਮ ਪੈਣੀ। ਇਹ ਜੋਬਨ ਜਵਾਨੀ ਜਿਹੜੀ ਕਾਲੀ ਹੈ ਇਹਨੇ ਰਹਿਣਾ ਨਹੀਂ, ਉਹ ਹੈ ਤੇਰੇ ਕੋਲ ਗਰਮੀ, ਜਿੰਨੀ ਗਰਮੀ ਉਹ ਜਵਾਨੀ ਵਿੱਚ ਹੈ। ਗਰਮ ਜਿੰਨਾ ਸੁਭਾਅ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਇਹ ਸਾਰਾ ਜਵਾਨੀ ਵਿੱਚ ਹੈ। ਬਲਕਿ ਅਖੀਰਲੇ ਸਮੇਂ ਦਾ ਇੱਕ ਲਫ਼ਜ਼ ਗੁਰੂ ਨੇ ਇੱਕ ਬੜੀ ਸੋਹਣੀ ਜਿਹੀ ਐਗਜ਼ਾਮਪਲ ਦੇ ਕੇ ਆਖਿਆ, ਕਹਿਣ ਲੱਗੇ ਮੈਂ ਕਹਿਣਾ ਦੇਖਦਾ ਕੀ ਹਾਂ, ਉਮਰ ਕੇਸ ਕੁਸਮ ਸੰਤੌਲੇ। ਜਦੋਂ ਕੇਸ ਕੁਸਮ ਭਾਵ ਚਿੱਟੇ ਕਲੀ ਦੇ ਫੁੱਲ ਵਾਂਗੂ ਧੌਲੇ ਚਿੱਟੇ ਹੋ ਗਏ। ਅਗਲੇ ਪਾਸੇ ਇੱਕ ਲਫ਼ਜ਼ ਪੜ੍ਹੇ, ਕਹਿੰਦੇ ਨੇ ਸਪਤ ਪਤਾਲ ਕੀ ਬਾਣੀ। ਉਦੋਂ ਮਨੁੱਖ ਦੀ ਹਾਲਤ ਕੀ ਹੋ ਜਾਂਦੀ ਹੈ, ਫਿਰ ਬੋਲਦਾ ਜਿਹੜਾ ਕਦੀ ਗਰਮੀ ਨਾਲ ਦੂਜਿਆਂ ਨੂੰ ਚੈਲੇਂਜ ਕਰਦਾ ਸੀ,
ਉਹ ਮਨੁੱਖ ਵਿੱਚ ਤਬਦੀਲੀ ਕੀ ਆਉਂਦਾ ਫਿਰ ਅੰਦਰ ਬੈਠਾ ਹੈ ਪਾਣੀ ਦੇ ਗਲਾਸ ਦੀ ਲੋੜ ਹੈ ਉੱਠ ਕੇ ਤੁਰ ਨਹੀਂ ਸਕਦਾ ਅੰਦਰੋਂ ਆਵਾਜ਼ ਵੀ ਨਹੀਂ ਨਿਕਲਦੀ ਅਤੇ ਹੌਲੀ ਜਿਹੀ ਆਖਦਾ ਕੋਈ ਨੇੜੇ ਹੈ ਮੈਨੂੰ ਪਾਣੀ ਦਾ ਗਲਾਸ ਹੀ ਦੇ ਦਿਓ ਮਨੋਂ ਦੀ ਬਾਣੀ ਵੀ ਇਹੋ ਦੀ ਆਵਾਜ਼ ਵੀ ਉਹ ਜਿਵੇਂ ਸੱਤੋਂ ਪਤਾਲਾਂ ਚੋਂ ਕੱਢ ਕੇ ਜਾਂਦੀ ਹੋ ਆਵਾਜ਼ ਵਿੱਚ ਵੀ ਤਾਕਤ ਨਹੀਂ ਕਰਦੀ ਇਹਦਾ ਮਤਲਬ ਜਿੰਨੇ ਸੁੱਖ ਨੇ ਉਹ ਜਵਾਨੀ ਵਿੱਚ ਨੇ ਸੁੱਖ ਮੰਨਣ ਲਈ ਜਵਾਨ ਉਮਰ ਦਿੱਤੀ ਗਈ ਉਹ ਨਿਸ਼ਨਿਗ ਗਏ ਉਹ ਵੀ ਤੈਨੂੰ ਰੱਬ ਨੇ ਦਿੱਤੀ ਲੇਕਿਨ ਦਿੱਤੀ ਲਿਮਿਟਡ ਕਿਉਂਕਿ ਜੇ ਅਨਲਿਮਿਟਡ ਦੇ ਦਿੰਦਾ ਤਾਂ ਉਹਦੀ ਕਦਰ ਹੀ ਨਾ ਰਹਿੰਦੀ ਵੈਲਿਊ ਹੀ ਨਾ ਰਹਿੰਦੀ ਹੁਣ ਤੂੰ ਸੰਭਾਲਣਾ ਇਹਨੂੰ ਕਿਵੇਂ ਜਵਾਨੀ ਨੂੰ ਦੇਖਣਾ ਇਹ ਕਹਿਣ ਲੱਗੇ ਤੈਨੂੰ ਬੜੀ ਤੈਨੂੰ ਪਤਾ ਹੋਵੇ ਇਹ ਹਮੇਸ਼ਾ ਜਵਾਨੀ ਨਹੀਂ ਰਹਿਣੀ ਦਿਨੇ ਚੜ੍ਹੇ ਫਿਰ ਆਤਮਾ ਹੈ ਬੁਢੇ ਪਾਵੇ ਤਾਂ ਇਹ ਜੋਬਨ ਦਾ ਨਿੱਘ ਇਹ ਜੋਬਨ ਦੀ ਗਰਮੀ ਇਹ ਖਤਮ ਹੋਏਗੀ ਹਮੇਸ਼ਾ ਨਹੀਂ ਰਹਿਣੀ ਸਾਰੇ ਸੁੱਖ ਜਿੰਨੇ ਤੂੰ ਸੰਸਾਰ ਅੰਦਰ ਤੈਨੂੰ ਨਿਰੰਕਾਰ ਨੇ ਦਿੱਤੇ ਨੇ ਸਵੇਰੇ ਲਈ ਪੈਦਾ ਕੀਤੇ ਨੇ ਉਹ ਵੀ ਜਵਾਨੀ ਨਾਲ ਸੰਬੰਧ ਰੱਖਦੇ ਨੇ ਬੁਢੇਪੇ ਨਾਲ ਨੇ ਮੈਂ ਸਮਾਜਿਕ ਤੌਰ 'ਤੇ ਵੀ ਕਹਿ ਰਿਹਾ ਪਰਿਵਾਰਕ ਸੁੱਖ ਜਵਾਨੀ ਵਿੱਚ ਹੈ ਬੁਢੇਪੇ ਵਿੱਚ ਪੁੱਤਰ ਵੀ ਕਈ ਵਾਰ ਕਸਲਾਉਂਦੇ ਨੇ ਕੋਲ ਜਾਣ ਤੋਂ ਜਵਾਨੀ ਵੇਲੇ ਖਾਣ ਦਾ ਸੁੱਖ ਹੈ ਬੁਢੇਪੇ ਵਿੱਚ ਹਜ਼ਮ ਨਹੀਂ ਹੁੰਦਾ ਜਵਾਨੀ ਵੇਲੇ ਪਹਿਨਣ ਦਾ ਸੁੱਖ ਹੈ ਬੁਢੇਪੇ ਵਿੱਚ ਤੁਸੀਂ ਮਨ ਮਰਜ਼ੀ ਦਾ ਕੱਪੜਾ ਵੀ ਨਹੀਂ ਪਾ ਸਕਦੇ ਸਭ ਕੁਝ ਜਵਾਨੀ ਲਈ ਹੈ ਪਰ ਕਹਿਣ ਲੱਗੇ ਇੱਕ ਗੱਲ ਸਮਝ ਲੈ ਬਰਸੈ ਨਿਸਕਾਲੀ ਜਦੋਂ ਸਮਾਂ ਗੁਜ਼ਰ ਗਿਆ ਜਿਹਦੇ ਵਿੱਚ ਸਭ ਕੁਝ ਵਰਸ਼ਾ ਵਾਂਗੂ ਰਹਿਮਤ ਵਾਂਗੂ ਮਿਲ ਰਿਹਾ ਸੀ ਫਿਰ ਪਛਤਾਵਾ ਹੀ ਪੱਲੇ ਰਹਿ ਜਾਏਗਾ ਤੈਨੂੰ ਵੀ ਪਤਾ ਹੋਵੇ ਵਰਸ਼ਾ ਦੀ ਰੁੱਤ ਵਿੱਚ ਕੁਝ ਚੰਗੀਆਂ ਚੀਜ਼ਾਂ ਨੇ ਕੁਝ ਮਾੜੀਆਂ ਨੇ ਉਹਨਾਂ ਦੋਵਾਂ ਨੂੰ ਸਮਝ ਲੈ ਲਓ ਇੰਨੀ ਗੱਲ ਇਹਨਾਂ ਦੋ ਲਾਈਨਾਂ ਵਿੱਚ ਸਮਝਾ ਦਿੱਤੀ ਹੈ ਕਹਿੰਦੇ ਨੇ ਚੀਜ਼ਾਂ ਦਾ ਜ਼ਿਕਰ ਕਰ ਦੇਖਿਓ ਕਹਿਣ ਲੱਗੇ ਇਹ ਚਾਰ ਚੀਜ਼ਾਂ ਨੂੰ ਸਮਝ ਲੈ ਜਦੋਂ ਬਾਰਿਸ਼ ਪੈਂਦੀ ਹੈ ਉਹਦੇ ਵਿੱਚ ਚਾਰ ਚੀਜ਼ਾਂ ਬੜੀਆਂ ਖੁਸ਼ ਹੁੰਦੀਆਂ ਕਿਹੜੀਆਂ ਕਿਹੜੀਆਂ ਲਫ਼ਜ਼ ਵਰਤਦੇ ਨੇ ਦਾਦਰ ਡੱਡੂ ਦਾਦਰ ਦਰਸ ਡੱਡੂ ਡੱਡੂਆਂ ਦੀਆਂ ਆਵਾਜ਼ਾਂ ਉਹਨਾਂ ਦੇ ਗੀਤ ਕੇਵਲ ਅਤੇ ਕੇਵਲ ਬਾਰਿਸ਼ਾਂ ਦੇ ਦਿਨਾਂ ਵਿੱਚ ਹੀ ਸੁਣੇ ਜਾਂਦੇ ਨੇ ਇੱਧਰ ਤੇ ਹੋ ਸਕਦਾ ਇੰਨਾ ਨਾ ਪਤਾ ਲੱਗੇ ਕਦੀ ਇੰਡੀਆ ਵਿੱਚ ਰਾਤ ਸ਼ਾਮ ਪੈ ਜਾਏ ਅਤੇ ਹੋਵੇ ਕੋਈ ਨੇੜੇ ਛੱਪੜ ਜਾਂ ਪਾਣੀ ਦਾ ਤਲਾਬ ਅਤੇ ਉੱਥੇ ਫਿਰ ਇੱਕ ਰਸ ਜਦੋਂ ਡੱਡੂ ਬੋਲਦਾ ਮਨ ਨੂੰ ਇੱਕ ਵੱਖਰੀ ਕਿਸਮ ਦਾ ਸੰਗੀਤ ਪੈਦਾ ਹੋ ਜਾਂਦਾ ਦਾਦਰ ਬੋਲਦੇ ਨੇ ਬੜੇ ਖੁਸ਼ ਨੇ ਉਹਨਾਂ ਲਈ ਪਾਣੀ ਇਕੱਠਾ ਹੋ ਗਿਆ ਤੇ ਜਦੋਂ ਕਾਲੀਆਂ ਘਟਾ ਛਾਂਦੀਆਂ ਨੇ ਬਾਰਿਸ਼ ਪੈਂਦੀ ਮੋਰ ਬੋਲਦੇ ਨੇ ਬਾਗਾਂ ਵਿੱਚ ਸਭ ਨੂੰ ਕਿੱਡੀ ਗਹਿਰਾਈ ਵਿੱਚ ਜਾਂਦੇ ਨੇ ਕਹਿੰਦੇ ਨੇ ਬਰਸਾ ਨਿਸ ਕਾਲੀ ਕਾਲੀਆਂ ਘਟਾ ਛਾਈਆਂ ਪਰ ਇੱਕ ਖਿਆਲ ਕਰੀ ਕਿਉਂ ਸੁੱਖ ਮਾਲੀ ਕਾਲੀਆਂ ਘਟਾ ਉਹਨਾਂ ਸਾਰੇ ਸੁੱਖਾਂ ਦਾ ਫਾਇਦਾ ਕਿਹਨੂੰ ਹੈ ਸੁੱਖ ਕੌਣ ਕੌਣ ਲੈਂਦਾ ਕੌਣ ਸੁੱਖ ਲੈਂਦਾ ਐਸਾ ਵੀ ਤਾਂ ਹੋ ਸਕਦਾ ਉਹ ਜੇ ਸੁੱਖਾਂ ਦੇ ਸਮਾਨ ਹੁੰਦਿਆਂ ਹੋਇਆ ਇਹੋ ਜਿਹੀ ਰੁੱਤ ਦੇ ਹੁੰਦਿਆਂ ਹੋਇਆ ਵੀ ਕੁਛ ਲੋਕ ਦੁਖੀ ਹੋ ਸਤਿਗੁਰੂ ਨੇ ਬਸੰਤੀ ਰੁੱਤ ਦਾ ਜ਼ਿਕਰ ਕਰਦੇ ਇੱਕ ਲੱਖੀ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ
बसंत चढ़िया, बल्कि इत्थे बसने कहन लगे देख फूल फूल फूले तनु त्याग त्यागे चरण कमल पागे तू मिलो प्रभ सुभागे हर चेत मन मेरे। अगे जाके कहने सगन बास कूले हर पासे वाशना खुशबू, पर जड़ियां दरखत दियां टानियां दरखत जड़ नालों टुट गईयां उन्हां नाल कोई फूल नहीं लगा। एक रहे सूख कठूले एक सूखे काठ ही रह गए, सगन बास कूले एक रहे सूख कठूले। हालत है जेड़ियां आत्मा परमात्मा नाल जुड़ गईयां उह ते संसार विच रहंदे आ दुनिया दे सुख मानदे होया रब नूं मिल पईयां। कहना नहीं गुरप्रसादी जिन्हां लिव लागी अगे पड़ोती विच माया पाया उन दुनिया छड़नी नहीं पैंदी, उन माया त्यागनी नहीं पैंदी, उन पदार्थ सुख त्यागने नहीं पैंदे, उहनां विच रह के ही रब नाल जुड़े रहिंदे। दूजे पासे कहिंदे जिन्हां कोल रब नहीं जिन्हां दा परमात्मा नाल संबंध टुट जांदा है उन्हां दी हालत वी बयान करदे ने बाणी अंदर। कहिण लगे बारिशां पैंदियां ने आपां रोज़ पढ़ने सतगुरु ने बाणी विच आखिया मेघ बरस रहे बारिश पै रही बिजली चमकी हुण मालिक करने इकली है ओए बिजली जिहड़ी कदी सुहावनी लगनी सी हुण उस बिजली कोलों डरदी गुरु ने पानी विच चक्किया इस छर मेघ घटा घट दामन चमक डरायो दामन चमक डरायो सेज अकेली नींद ना नैनो फिर परदेस सिधायो बिछड़ गया बिछड़िया पर एक एग्जांपल दे दे कहने बरसा है निस्काली सारे सुख ने पर क्यों सुख पाली ये सारे सुख होंदे होया आत्मा सुखी है। लो कहन लगे मैं दो चीजां आ मोसा मने रख देना कि इस वर्षा दी रुत्ते जदों वर्षा निसकाली है उदों दो तरह दी चीजां पैदा हुंदियां ने दो विचों तेरा किंदे नाल संबंध है ये तू सोच ले। ਕਿਧਰੇ ਇੱਕ ਪਾਸੇ ਹੈ ਦਾਦਰ ਡੱਡੂ ਖੁਸ਼ ਹੋ ਗਿਆ ਬਾਰਸ਼ ਪੈ ਰਹੀ ਮੋਰ ਪਹਿਲਾਂ ਪਾ ਰਹੇ ਕਾਲੀਆਂ ਕਟਾ ਛਾਈਆਂ ਬਾਰਸ਼ ਪੈ ਰਹੀ ਪ੍ਰਿਉ ਪ੍ਰਿਉ ਚਵੇ ਬਬੀਹਾ ਬੋਲੇ ਬਬੀਹਾ ਪ੍ਰਸੰਨ ਹੋ ਰਿਹਾ ਪਪੀਆ ਬੋਲ ਰਿਹਾ ਕੋਈ ਸੌਤੀ ਬੂੰਦ ਮੇਰੇ ਹਿੱਸੇ ਵੀ ਆ ਜਾਏਗੀ प्रयोग प्रयोग करके मिठी आवाज नाल रब कोलो कोई अरदास करके मांग रहे है वो भी खुश है। चलो बारिश तो पै रही कोई बूंद मेरे मुंह में भी आएगी प्रयोग प्रयोग चवे बबीहा बोले एक चंगा पक्ष है पर कहने लगे दूजा पक्ष भी देख ले तेनू पता हो तू किंदे नाल जुड़िया अपने। वो कहने लगे दूजा पक्ष है कि बारिश के दिन अंदर पानी जदों आउंदा है ना ते खुड्डा विच पै जांदा है पानी खुड्डा विच सप नहीं रह सकदे इसे लई बारिशां दे दिनां अंदर सप ज्यादा निकलदे ने। तेरी सच्चाई वाल लॉजिकता है श्री गुरु ग्रंथ साहिब दी बाणी अंदर मनुख दे आम जीवन दी लॉजिकता। कहन लगे जिथे बबीहे बोलदे ने खुश ने उन्हां दी आवाज तेरे लई कोई चेतना कोई वैराग कोई खुशी पैदा करदी है जिथे डड्डू बोलते ने दादर बोलते ने जिथे मोर की पायल देख के तू खुश होना उन्होंने आवाजा कू कू दवाजा तो सुनना है पर तेन पता हो रुत सप भी निकलते हैं जहरीले सप वो जरा भी उन्होंने वलगण आ जाए उन्होंने छोह आ जाए उन्होंने डस लेंगे
ਜੰਗਮ ਕਹਿੰਦੇ ਨੇ ਸੱਪ ਨੂੰ ਸੱਪ ਦੱਸਦੇ ਫਿਰਦੇ ਨੇ ਉਹ ਡੰਗ ਮਾਰਦੇ ਨੇ ਹੁਣ ਤੂੰ ਦੱਸ ਤੂੰ ਦਾਦਰ ਦੀ ਆਵਾਜ਼ ਸੁਣੀ ਹੈ ਸੁਣਨੀ ਹੈ ਤੂੰ ਮੋਰ ਦੀਆਂ ਪਹਿਲਾਂ ਦੇਖਣੀਆਂ ਨੇ ਤੇ ਜਿਹੜੇ ਦੱਸਣ ਵਾਲੇ ਸੱਪ ਨੇ ਉਹਨਾਂ ਨੂੰ ਆਪਣੀ ਬੁੱਕਲ ਵਿੱਚ ਲੈਣਾ ਹੈ ਅੱਜ ਦੇ ਯੁੱਗ ਵਿੱਚ ਵੀ ਹੈ ਰੋਜ਼ ਦੱਸ ਰਹੇ ਨੇ ਅਸੀਂ ਕੁੜਾ ਵੀ ਰਹੇ ਹਾਂ ਰੌਲਾ ਵੀ ਪਾ ਰਹੇ ਹਾਂ ਪਰੇਸ਼ਾਨ ਵੀ ਹੋ ਰਹੇ ਹਾਂ ਪਰ ਉਹਨਾਂ ਨਾਲ ਸੰਬੰਧ ਨਹੀਂ ਜੋੜੇ ਗੁਰੂ ਕਹਿੰਦੇ ਨੇ ਕਹਿਣ ਲੱਗੇ ਇੱਕ ਹੋਰ ਵੀ ਖਿਆਲ ਕਰ ਮੱਛਰ ਡੰਗ ਸਾਰ ਭਰ ਸੁਭਰ ਇਹ ਵੀ ਬਾਦਸ਼ਾਹ ਦੇ ਦਿਲ ਵਿੱਚ ਜਦੋਂ ਪਾਣੀ ਭਰ ਜਾਂਦਾ ਨਾ ਤਲਾਵਾਂ ਵਿੱਚ ਜਦੋਂ ਹਰ ਪਾਸੇ ਜਲ ਥਲ ਹੋ ਜਾਂਦੀ ਹੈ ਜਦੋਂ ਛੱਪੜਾਂ ਵਿੱਚ ਪਾਣੀ ਪੈ ਉੱਥੇ ਮੱਛਰ ਪੈਦਾ ਹੋ ਜਾਂਦੇ ਤੇ ਸਾਰੀ ਸਾਰੀ ਰਾਤ ਚੈਨ ਨਹੀਂ ਆਉਣ ਦਿੰਦਾ ਸੁਖ ਆਰਾਮ ਨਾਲ ਨੀਂਦ ਨਹੀਂ ਆਉਣ ਦਿੰਦਾ ਉਹ ਮੱਛਰ ਹੈ ਮੱਛਰ ਡੰਗ ਸਾਰ ਭਰ ਸੁਭਰ ਇੱਕ ਪਾਸੇ ਦਾਦਰ ਮੋਰ ਲਵੰਤੇ ਨੇ ਇੱਕ ਪਾਸੇ ਮੱਛਰ ਡੰਗ ਸਾਰ ਭਰ ਸੁਭਰ ਹੈ ਹੁਣ ਤੂੰ ਸੋਚ ਲੈ ਜਿਹੜੀਆਂ ਆਤਮਾਵਾਂ ਰੱਬ ਨਾਲ ਪ੍ਰਭੂ ਨਾਲ ਆਪਣੇ ਗੁਰੂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਲਈ ਤਾਂ ਦਾਦਰ ਮੋਰ ਲਵੰਤੇ ਦੀ ਖੁਸ਼ੀ ਹੈ ਤੇ ਜਿਹੜੀਆਂ ਟੁੱਟੀਆਂ ਹੋਈਆਂ ਨੇ ਇਸੇ ਕੋਲੋਂ ਅਗਲੀ ਲਾਈਨ ਅੱਧੀ ਲਾਈਨ ਵਿੱਚ ਪੈਸਾ ਦੇ ਦਿੱਤਾ ਕਹਿਣ ਲੱਗੇ ਮੱਛਰ ਡੰਗ ਸਾਇਰ ਭਰ ਸੁਭਰ ਬਿਨ ਫਿਰ ਸੋਚ ਪੰਜਵਮ ਫਿਰੇ ਦਿਸੰਤੇ ਫਿਰ ਕਹਿਣ ਲੱਗੇ ਮੱਛਰ ਡੰਗ ਸਾਇਰ ਭਰ ਸੁਭਰ ਬਿਨ ਹਰ ਕਿਉਂ ਸੁਖ ਪਾਈ ਹੈ ਦੱਸ ਜੇ ਰੱਬ ਤੋਂ ਟੁੱਟਿਆ ਹੋਇਆ ਤੇ ਫਿਰ ਮੱਛਰ ਡੰਗ ਹੈ ਜੇ ਰੱਬ ਤੋਂ ਟੁੱਟਿਆ ਹੋਇਆ ਤਾਂ ਭਯੰਗਮ ਫਿਰੇ ਦਸੰਤੇ ਦੀ ਜ਼ਹਿਰ ਹੈ ਦਰਦਨ ਮੋਰ ਲਵੰਤੇ ਦੀ ਖੁਸ਼ੀ ਨਹੀਂ ਮੱਛਰ ਡੰਗ ਸਾਇਰ ਭਰ ਸੁਭਰ ਬਿਨ ਫਿਰ ਕਿਉਂ ਸੁਖ ਪਾਈ ਹੈ ਹੁਣ ਮਸਲਾ ਆ ਗਿਆ ਜੀ ਜੇ ਸੱਚਮੁੱਚ ਜੀਵਨ ਰੱਬ ਤੋਂ ਟੁੱਟ ਕੇ ਦੁਖੀ ਹੋ ਰਿਹਾ ਇਸ ਭਯੰਗਮ ਤੇ ਇਸ ਮੱਛਰ ਦੇ ਡੰਗ ਵਾਂਗੂ ਜੀਵਨ ਦਿਨ ਰਾਤ ਦਾ ਬੇਚੈਨ ਹੈ ਤੇ ਉਸ ਦਾਦਰ ਮੋਰ ਲਵੰਤੇ ਵਾਲੀ ਖੁਸ਼ੀ ਇਹਨੂੰ ਨਸੀਬ ਨਹੀਂ ਕੇਵਲ ਰੱਬ ਕੋਲੋਂ ਟੁੱਟ ਕੇ ਪ੍ਰਭੂ ਕੋਲੋਂ ਟੁੱਟ ਕੇ ਤਾਂ ਮੈਨੂੰ ਦੱਸੋ ਪ੍ਰਭੂ ਕਿਵੇਂ ਮਿਲੇਗਾ ਸਵਾਲ ਇਹ ਆ ਗਿਆ ਫਿਰ ਦੱਸੋ ਪ੍ਰਭੂ ਕਿਵੇਂ ਮਿਲੇਗਾ ਇਹ ਗੱਲ ਨਹੀਂ ਵੀ ਮਨੁੱਖ ਪ੍ਰਭੂ ਨੂੰ ਮਿਲਣਾ ਨਹੀਂ ਚਾਹੁੰਦਾ ਜਿੰਨਾ ਧਰਮ ਖੇਤਰ ਚੱਲ ਰਿਹਾ ਜਿੰਨਾ ਪਰਮਾਰਥ ਦੀ ਦੁਨੀਆਂ ਦਾ ਵਿਚਰਨ ਸਾਰਾ ਪ੍ਰਭੂ ਦੇ ਮਿਲਾਪੇ ਹੀ ਕਿਵੇਂ ਮਿਲੇ ਅਗਲੀ ਆਖਰੀ ਲਾਈਨ ਅੰਦਰ ਬੜਾ ਖੂਬਸੂਰਤ ਜਵਾਬ ਹੈ ਕਹਿਣ ਲੱਗੇ ਜੇ ਪ੍ਰਭੂ ਨੂੰ ਮਿਲ ਕੇ ਹੀ ਆਤਮਾ ਨੂੰ ਖੁਸ਼ੀ ਮਿਲਦੀ ਹੈ ਸੁੱਖ ਮਿਲਦਾ ਹੈ ਤੇ ਪ੍ਰਭੂ ਦੇ ਮਿਲਾਪ ਦਾ ਮਸਲਾ ਹੈ ਤੇ ਆ ਜਾ ਗੁਰੂ ਕੋਲ ਉਹਦੇ ਕੋਲੋਂ ਪੁੱਛ ਜੀ ਰੱਬ ਕਿਵੇਂ ਮਿਲੇ ਉਹਦੇ ਕੋਲੋਂ ਪੁੱਛ ਕਿਹੜਾ ਸਰਲ ਤਰੀਕਾ ਹੈ ਤੇ ਫਿਰ ਕਹਿਣ ਲੱਗੇ ਇਹ ਨਾ ਹੋਵੇ ਕਿ ਗੁਰੂ ਤੈਨੂੰ ਦੱਸੇ ਤੇ ਸੁਣ ਲਵੇ ਉਸ ਰਾਹ ਤੁਰੇ ਨਾ ਭਾਈ ਗੁਰਦਾਸ ਨੇ ਐਵੇਂ ਨਹੀਂ ਕਹਿ ਦਿੱਤਾ ਪੁੱਛਤ ਪੱਥਕ ਤੈ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਮਾਤਨ ਸੋ ਜਾਈਏ ਕਹਿਣ ਲੱਗੇ ਐਸਾ ਨਾ ਹੋਵੇ ਗੁਰੂ ਕੋਲ ਜਾਵੇ ਵੀ ਮੱਥਾ ਵੀ ਟੇਕੇ ਪਰਕਰਮਾ ਵੀ ਕਰੇ ਸੁਣੇ ਵੀ ਪਰ ਉਹਦੇ ਜੀਵਨ ਵਿੱਚ ਕਮਾਈ ਨਾ ਕਰੇ ਇਹ ਗੱਲ ਫਿਰ ਵੀ ਨਹੀਂ ਬਣਨੀ ਇਸ ਲਈ ਆ ਗੁਰੂ ਕੋਲ ਜੇ ਆਤਮਕ ਸੁੱਖ ਢੂੰਡਣਾ ਹੈ ਜੇ ਮੱਛਰ ਡੰਗ ਤੇ ਭਯੰਗਮ ਦੇ ਜ਼ਹਿਰ ਤੋਂ ਬਚਣਾ ਚਾਹੁੰਦਾ ਹੈ ਜੇ ਦਾਦਰ ਮੋਰ ਤੇ ਪ੍ਰਿਆ ਪ੍ਰਿਆ ਚਵੇ ਬਬੀਹਾ ਬੋਲੇ ਵਾਲਾ ਸੁੱਖ ਲੈਣਾ ਚਾਹੁੰਦਾ ਹੈ ਤਾਂ ਆ ਗੁਰੂ ਕੋਲੋਂ ਪੁੱਛ ਜੀ ਰੱਬ ਕਿਵੇਂ ਮਿਲੇ ਤੇ ਫਿਰ ਜਿਹੜੀ ਤਰਕੀਬ ਜਿਹੜਾ ਰਾਹ ਗੁਰੂ ਦੱਸੇ ਉੱਥੇ ਜਾ ਦਾ ਆਖਰੀ ਲਾਈਨ ਦਾ ਫੈਸਲਾ ਕਹਿਣ ਲੱਗੇ
जदों गुरु दे दसे हुए राहां ते तुर के आत्मा नूं परमात्मा दा मेल होवेगा, फिर ए आत्मा मंग करेगी, वो मंगती होवेगी कि बरसे मिसका भी, वो फिर आखेगी वर्षा, हे सावन भादरों की वर्षा दिन रात पै, क्योंकि तू मेरे मिलाप का साधन है। कह लगी बरसे मिसकाली क्यों सुख बाली, बरसे मिसकाली क्यों सुख बाली, सिख भी निकलिया गया, पढ़ लिख हेडिंग होंगे सिख भी निकलिया गया, ते दिखाया कि होंगे अजगर सप के मूंह विच सिख का शरीर है, दिखा के समझाने की कोशिश की थी। सिख भी निकलिया गया, सिख ताई निकलिया गया ना
क्योंकि सप नू पछाण नहीं सकिया। उनको ही पता हो गई इत्थे सप भी ने, इत्थे बेचैन जीवन कर देने वाले मच्छर डंग भी ने। पर तू इस वर्षा दी रुत दा सुख मान, उन्दे विच ढूंढ परमात्मा दा, प्रभु दा, गुरु दा मिलाप। जिन्नी देर तू केवल गुरु को पुछ के जीवन दे राह सफर नहीं तय करदा, अजे तक तू थां थां तू पुछदा फिरना, जरा कोई सवाल आउंदा चलो दी फलाने दी अगवाई लो, उन्दी अगवाई बिना मसला नहीं हल होना। अजे तेन गुरु भुलिया पे, यो कारण है सिख भयंगम दे मुंह विच निकलिया गया है। ता ही निकल सकता है ये गुरु को पुछे। नानक पूछ चलो गुरु अपने, जय प्रभु तै ही चाहिए। फैसला है इन्हें शब्द नरक में जा चुका। फतेह बुलाओ वाहेगुरु जी का खालसा, वाहेगुरु जी की।